ਜੀ ਰੇਡੀਓ ਅੱਜ 1674 ਰੇਮ ਤੁਸੀਂ ਦੇਖ ਰਹੇ ਹੋ ਕਹਿੰਦੇ ਆ ਕਿ ਖਵਾਬੋ ਮੇ ਖਵਾਬ ਹੈ ਤੂੰ ਸੱਚ ਹੈ ਜਾਂ ਖਵਾਬ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਇਹ ਵਾਲਾ ਪੁਨੀਤ ਨਹੀਂ ਕਹਿ ਰਿਹਾ ਇਹ ਕੌਣ ਕਹਿ ਰਿਹਾ ਇਹ ਕਹਿ ਰਿਹਾ ਇਹ ਵਾਲਾ ਪੁਨੀਤ ਇੱਕ ਸਵਾਲ ਤੂੰ ਸੱਚ ਹੈ ਜਾਂ ਖਵਾਬ ਹੈ ਹਾਂਜੀ ਖਵਾਬ ਪੁਨੀਤ ਗੁਲਾਟੀ ਜੀ ਦਾ ਨਵਾਂ ਗਾਣਾ ਜਿਹੜਾ ਸਿੰਗਲ ਟਰੈਕ ਹੈ ਡੈਬਿਊ ਟਰੈਕ ਹੈ ਉਹ ਆ ਚੁੱਕਿਆ ਜੀ ਟੀ ਸੀਰੀਜ਼ ਉੱਤੇ ਬਹੁਤ ਹੀ ਪਿਆਰਾ ਗਾਣਾ ਮੈਲਬੌਰਨ ਦੇ ਵਿੱਚ ਸ਼ੂਟ ਹੋਇਆ ਇੰਨਾ ਲਾਈਵਲੀ ਤੇ ਇੰਨਾ ਕਲਰਫੁੱਲ ਸੌਂਗ ਮੈਂ ਪਹਿਲਾਂ ਕਦੇ ਦੇਖ ਡਾਇਰੈਕਸ਼ਨ ਕੀਤੀ ਆ ਗੁਰਪ੍ਰੀਤ ਸਿੰਘ ਵਜ਼ੀਰ ਜੀ ਨੇ ਤੇ ਉਸ ਤੋਂ ਬਾਅਦ ਗਾਣਾ ਬਹੁਤ ਖੂਬਸੂਰਤ ਬਣਾਇਆ ਪਤਾ ਕਿਉਂ ਕਿਉਂਕਿ ਪੁਨੀਤ ਗੁਲਾਟੀ ਨੇ ਖੁਦ ਲਿਖਿਆ ਗਾਣਾ ਤੇ ਲਿਰਿਕਸ ਔਰ ਵਾਹ ਕਮਾਲ ਲਿਰਿਕਸ ਇੰਨੇ ਜ਼ਿਆਦਾ ਸੂਦਿੰਗ ਆ ਤੁਸੀਂ ਇੱਕ ਵਾਰ ਸੁਣਦੇ ਹੋ ਤਾਂ ਤੁਸੀਂ ਬਾਰ ਬਾਰ ਸੁਣਨਾ ਪਸੰਦ ਕਰਦੇ ਹੋ ਅਗਰ ਸੁਣੋਗੇ ਇੱਕ ਵਾਰ ਤੁਸੀਂ ਵੀ ਬਾਰ ਬਾਰ ਸੁਣਦੇ ਰਹੋਗੇ ਇਸ ਕਰਕੇ ਬਹੁਤ ਹੀ ਪਿਆਰਾ ਗਾਣਾ ਅਗਰ ਤੁਸੀਂ ਆਪਣੇ ਵੈਲੈਂਟਾਈਨ ਨੂੰ ਜੀ ਹਾਂ ਵੈਲੈਂਟਾਈਨ ਮੰਥ ਚੱਲਦਾ ਪਿਆ ਅਗਰ ਡੈਡੀਕੇਟ ਕਰਨਾ ਚਾਹੁੰਦੇ ਹੋ ਤਾਂ ਇਹ ਪਰਫੈਕਟ ਗਾਣਾ ਖਵਾਬ ਤੁਸੀਂ ਵੀ ਦੇਖੋ ਤੇ ਇੰਜੋਏ ਕਰੋ ਪੁਨੀਤ ਗੁਲਾਟੀ ਦਾ ਖਵਾਬ ਗਾਣਾ ਤੇ ਦੱਸਦਾ ਕਿ ਮਿਊਜ਼ਿਕ ਦਿੱਤਾ ਆ ਵਿਕਟਰ ਕੰਬੋਜ਼ ਨੇ ਤੇ ਜਿੱਦਾਂ ਕਿ ਦੱਸਿਆ ਕਿ ਵੀਡੀਓ ਡਾਇਰੈਕਟ ਕੀਤੀ ਆ ਗੁਰਪ੍ਰੀਤ ਸਿੰਘ ਵਜ਼ੀਰ ਨੇ ਤੇ ਲਿਖਿਆ ਤੇ ਗਾਇਆ ਆ ਪੁਨੀਤ ਗੁਲਾਟੀ ਨੇ ਆਲ ਦਾ ਬੈਸਟ ਟੂ ਪੁਨੀਤ ਗੁਲਾਟੀ ਤੇ ਹੋਰ ਇਦਾਂ ਦੇ ਰਿਵਿਊਜ਼ ਵਾਸਤੇ ਤੁਸੀਂ ਦੇਖਦੇ ਰਹੋ ਰੇਡੀਓ ਵਾਲੀ 1674 ਮੇਰੇ ਵੱਲੋਂ ਇਸ ਗਾਣੇ ਨੂੰ 5 ਵਿੱਚੋਂ 5 ਹਾਂਜੀ 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 ਹਾਂਜੀ